ਇੱਥੇ ਕੋਈ ਲਿਮਿਟ ਨਹੀਂ ਆ, ਤੁਸੀਂ 1 ਰੁਪਿਆ ਲੈ ਕੇ ਵੀ ਆ ਸਕਦੇ ਆ। ਇਹ ਨਹੀਂ ਕਿ ਤੁਹਾਡਾ 500 ਰੁਪਿਆ ਤੁਸੀਂ ਲੈ ਕੇ ਆਓਗੇ ਤੁਹਾਡਾ ਸਟੈਂਡਰਡ ਡਾਊਨ ਹੋ ਜਾਊਗਾ, ਨਹੀਂ। ਉਹ ਤੋਂ ਪੁੱਛ ਕੇ ਦੇਖੋ ਜਿਹੜੇ ਵਿਚਾਰੇ ਲੈਣ ਆਏ ਆ। ਜੇ ਪਰਮਾਤਮਾ ਨੇ ਇਦਾਂ ਦਾ ਜੀ ਭੇਜਿਆ ਨਾ ਦੁਨੀਆ ਤੇ ਉਹਨੂੰ ਸਾਥ ਦੀ ਲੋੜ ਆ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਜਦੋਂ ਤੁਸੀਂ ਰੱਬ ਤੋਂ ਮੰਗਦੇ ਆ ਨਾ, ਉਹ ਫਿਰ ਇਦਾਂ ਦੇ ਬੰਦੇ ਤੁਹਾਡੇ ਕੋਲ ਭੇਜਦਾ ਜਿਹੜੇ ਉਹਨੇ ਸਪੈਸ਼ਲ ਭੇਜੇ ਆ। ਇਦਾਂ ਦਾ ਬੰਦਾ ਦੁਨੀਆ ਤੇ ਬਹੁਤ ਘੱਟ ਆਉਂਦਾ, ਬਹੁਤ ਘੱਟ। ਹਾਂਜੀ, ਕਿੱਦਾਂ ਸੋਹਣੇ ਸੁਨੱਖੇ ਮੁੰਡੇ ਖੜੇ ਨੇ, ਫਿਰ ਦੇਖ ਰਹੇ ਹੋ ਥੱਲੋਂ ਲੈ ਕੇ ਉੱਪਰ ਤੱਕ। ਇਹ ਸਾਡਾ ਭਰਾ ਜੀ ਪੈਬੀ ਮੁੰਡਾ ਹੈ ਜਲੰਧਰ ਤੋਂ। ਦੁਨੀਆ ਇਹਦੇ ਬਾਰੇ ਕੀ ਕਹਿੰਦੀ ਹੈ ਮੈਨੂੰ ਕੋਈ ਲੈਣਾ ਦੇਣਾ ਨਹੀਂ, ਪਰ ਇਹ ਬਹੁਤ ਘੈਂਟ ਇਨਸਾਨ ਹੈ ਔਰ ਮੈਂ ਦੱਸ ਦਿੰਦਾ ਕਿ ਘੈਂਟ ਕਿਉਂ ਹੈ। ਦੁਨੀਆ ਮੋਰੇ ਕਈ ਵਾਰ ਕਿਸੇ ਇਨਸਾਨ ਦੀ ਛਵੀ ਕੁਛ ਹੋਰ ਹੁੰਦੀ ਹੈ। ਜਦੋਂ ਮੈਂ ਇਹਨਾਂ ਦੀ ਇੰਸਟਾ ਪ੍ਰੋਫਾਈਲ ਦੇਖਦਾ ਮੈਂ ਵੀ ਕਨਫਿਊਜ਼ ਹੋ ਜਾਂਦਾ, ਯਾਰ ਇਹ ਮੁੰਡੇ ਕੰਮ ਕੀ ਕਰਦੇ ਨੇ ਸਾਰੀ ਦਿਹਾੜੀ, ਅਤੇ ਸੇਵਾ ਕਰਨ ਆਉਂਦੇ ਨੇ ਇੱਥੇ ਹਰ ਮਹੀਨੇ ਔਰ ਇਹ ਮੁੰਡੇ ਨੇ ਚੱਕਰਾਂ 'ਚ ਪਾਇਆ ਪਿਆ ਜੀ ਸਾਨੂੰ। ਔਰ ਜਿਹੜੀ ਬੜੀ ਓਬਵੀਅਸਲੀ ਜਦੋਂ ਇਹਨਾਂ ਦੀਆਂ ਅਸੀਂ ਰੀਲਾਂ ਦੇਖਦੇ ਹਾਂ ਤਾਂ ਸੌਰੀ ਮੈਂ ਉਹ ਵਰਡ ਵਰਤਣਾ ਨਹੀਂ ਚਾਹੁੰਦਾ, ਪਰ ਕੁਛ ਲੋਕ ਕਹਿੰਦੇ ਨੇ ਕਿ ਹਾਂ ਜੀ ਇਹ ਤਾਂ ਜੀ ਮੰਡੀਰ ਹੈ ਜੀ, ਇਹ ਤਾਂ ਜੀ ਫੋਕਰੇ ਨੇ, ਇਹ ਤਾਂ ਜੀ ਸ਼ੋ ਆਫ ਕਰਦੇ ਨੇ। ਪਰ ਬਾਈ ਜੀ ਮੈਂ ਅਮਾਊਂਟ ਵੀ ਬੋਲਣਾ ਨਹੀਂ ਚਾਹੁੰਦਾ ਸੀਗਾ, ਪਰ 40,000 ਰੁਪਏ ਸੇਵਾ ਮੁੰਡਾ 'ਚ ਲੈ ਕੇ ਆਇਆ ਇੱਥੇ। ਲੋਕ 400 ਰੁਪਏ ਨਹੀਂ ਦੇ ਸਕਦੇ, 4,000 ਨਹੀਂ ਦੇ ਸਕਦੇ, ਮੁੰਡਾ 40,000। ਮੈਂ ਕਹਿੰਦਾ ਐਂਡ ਹੈ ਯਾਰ, ਕਿਉਂਕਿ ਮੈਂ ਦੇਖੋ ਮੈਂ ਕਦੀ ਵੀ ਨਾ ਵੀਡੀਓ ਕਿਸੇ ਦੇ ਕਹਿਣ 'ਤੇ ਤਾਰੀਫ ਬਿਲਕੁਲ ਨਹੀਂ ਕਰਦਾ, ਨਾ ਮੈਂ ਝੂਠੀ ਤਾਰੀਫ ਕਰਕੇ ਰਾਜੀ ਹਾਂ, ਨਾ ਮੈਨੂੰ ਲੋੜ ਹੈ। ਮੈਂ ਦਿਲੋਂ ਬੋਲਦਾ ਜੋ ਬੋਲਦਾ, ਔਰ ਹੁਣ ਇਸ ਟਾਈਮ ਵੀ ਬੜਾ ਦਿਲੋਂ ਬੋਲ ਰਿਹਾ ਕਿ ਇਸ ਟਾਈਮ ਮੈਂ ਬੜੀ ਵੀਡੀਓ 'ਚ ਬੋਲਦਾ ਕਿ ਭਾਈ ਮਰੀਜ਼ ਮਰ ਰਹੇ ਹੈ, ਹਾਲਾਤ ਖਰਾਬ ਨੇ, ਲੋੜ ਹੈ। ਪਰ ਇੱਕ ਪਾਸੇ ਜਿਹੜੇ ਨੌਜਵਾਨ ਮੁੰਡੇ ਜਿਹੜੇ ਮਦਦ ਲੈਣ ਲਈ ਆਉਂਦੇ ਨੇ ਨਾ, ਵਾਹ ਯਾਰ ਵਾਹ, ਇਹਨਾਂ ਨੂੰ ਦੇਖ ਕੇ ਨੌਜਵਾਨ ਮੁੰਡਿਆਂ ਨੂੰ ਪੰਜਾਬ ਇੱਕ ਪਾਸੇ ਬਦਨਾਮ ਹੈ ਜੀ, ਨਸ਼ੇੜੀ ਨੇ ਜੀ, ਬਾਹਰ ਜਾ ਰਹੇ ਨੇ ਜੀ, ਇੱਕ ਇਹ ਵੀ ਪੰਜਾਬ ਦਾ ਚਿਹਰਾ। ਤਾਂ ਮੇਰੇ ਕੋਲ ਬੜੇ ਮਰੀਜ਼ ਨੇ, ਆਹ ਤੁਹਾਡੇ ਕੋਲ ਆਹ ਮਾਂ ਬਾਪ ਬੈਠੇ ਨੇ, ਆਹ ਦੇਖੋ ਆਹ ਕਲਯੁੱਗ ਦੇ ਉਹ ਮਾਂ ਬਾਪ ਨੇ ਜਿਹਦੇ ਵਿੱਚ ਇਹਨਾਂ ਨੇ ਆਪਣੇ ਬੱਚੇ ਨੂੰ ਆਪਣੇ ਮਕਾਨ ਦੇ ਵਿੱਚ ਰੱਖਤਾ ਅਤੇ ਖੁਦ ਨਿਕਲਿਆ ਉੱਥੋਂ ਕਿਰਾਏ 'ਤੇ ਰਹਿਣ ਲਈ। ਤਾਂ ਮੈਂ ਪੁੱਛਿਆ ਜੀ ਕਿਉਂ, ਕਹਿੰਦੇ ਜੀ ਨੂੰਹ ਰਾਣੀ ਹੈ, ਕਿਰਾਏ 'ਤੇ ਧੱਕੇ ਖਾਣੇ ਚੰਗੇ ਲੱਗਦੇ ਨੇ ਅਤੇ ਖੁਦ ਕਿਰਾਏ 'ਤੇ ਧੱਕੇ ਖਾ ਰਹੇ। ਇਲਾਜ ਹੋਣਾ ਬਾਂਹ ਦਾ, ਬਾਂਹ ਤੋਂ ਤਕਲੀਫ ਇੰਨੀ ਜ਼ਿਆਦਾ ਹੈ, ਆਹ ਦੇਖੋ ਬਾਂਹ ਦਾ ਹਾਲਾਤ, ਬਾਂਹ ਦੇ ਹਾਲਾਤ ਦੇਖੋ ਇੰਨੀ ਤਕਲੀਫ ਹੈ। ਨਾਲ ਮਾਤਾ ਜੀ ਨੇ, ਦੇਖੋ ਜੀਵਨ ਸਾਥੀ ਦਾ ਕੀ ਰੋਲ ਹੈ, ਗੱਲ ਸਮਝੋ। ਇਹਨਾਂ ਦਾ ਇੱਕ ਬੇਟਾ ਹੈ, ਉਹਨੂੰ ਮਕਾਨ ਦੇਤਾ ਜਿਹੜਾ ਆਪ ਬਣਾਇਆ ਸਾਰੀ ਜ਼ਿੰਦਗੀ, ਆਪ ਸਾਰੀ ਜ਼ਿੰਦਗੀ ਦੀ ਸਾਰੀ ਕਮਾਈ ਮਕਾਨ ਦੇਤਾ ਅਤੇ ਖੁਦ ਕਿਰਾਏ 'ਤੇ ਰਹਿੰਦੇ ਨੇ। ਹੁਣ ਇਸ ਟਾਈਮ ਧੱਕੇ ਖਾ ਰਹੇ ਨੇ, ਬੁਰੇ ਹਾਲਾਤ ਨੇ, ਨਾ ਇਲਾਜ ਕਰਾਉਣ ਜੋਗਾ ਪੈਸਾ, ਨਾ ਜਾਣ ਜੋਗਾ ਪੈਸਾ। ਇਹ ਬਾਈ ਜੀ ਨੇ, ਇਹਨਾਂ ਦਾ ਵੀ ਇਹੀ ਹਾਲ ਹੈ, ਘਰ 'ਚ ਛੱਤ ਚੋਰੀ ਹੈ, ਕੋਈ ਔਲਾਦ ਨਹੀਂ। ਇੱਕ ਬੇਟਾ ਹੈਗਾ ਤੁਹਾਡਾ? ਹਾਂਜੀ ਹੈ, ਪਰ ਉਹ ਨਾ ਹੋਇਆ ਵਰਗਾ, ਨਾ ਹੋਇਆ ਵਰਗਾ। ਹਾਂਜੀ, ਜੇ ਭਾਜੀ ਮੈਂ ਸੱਚ ਦੱਸਾਂ, 3 ਮਹੀਨਿਆਂ ਤੋਂ ਦੇਖੋ ਮੇਰੀ ਇੰਨੀ ਔਕਾਤ ਹੈ ਨੀ ਕਿ ਮੈਂ ਤੁਹਾਨੂੰ ਸਭ ਨੂੰ ਮਦਦ ਕਰ ਸਕਾਂ। ਇਹ ਸਭ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹਨਾਂ ਨੇ, ਇਹਨਾਂ ਨੂੰ ਸਮੱਤ ਬਖਸ਼ੀ ਦੇਖੋ ਰੱਬ ਨੇ। ਇਹਨਾਂ ਦੇ ਦਿਮਾਗ 'ਚ ਸੋਝੀ ਪਈ ਕਿ ਯਾਰ ਚੱਲ ਉੱਠ ਕੇ ਘਰੋਂ ਦੇਣ ਚੱਲੀਏ। ਤਾਂ ਤੁਸੀਂ ਸੋਚੋ ਇਹ ਅੱਜ ਤੁਰ ਕੇ ਆਏ ਨੇ ਬੜੀ, ਅੱਜ ਦੇਖੋ ਦਿਨ ਤਿਉਹਾਰ ਦਾ ਟਾਈਮ ਹੈ, ਕਿਸੇ ਕੋਲ 500 ਰੁਪਏ ਦੇਣ ਦਾ ਟਾਈਮ ਹੈ ਨਹੀਂ। ਇਹ ਅੱਜ ਇੱਥੇ ਸਾਰੇ ਮਰੀਜ਼ਾਂ ਨੂੰ ਥੋੜ੍ਹੀ ਥੋੜ੍ਹੀ ਸੇਵਾ ਵੰਡਣ ਆਏ ਨੇ, ਇਹਨਾਂ ਵਾਸਤੇ ਦੁਆ ਮੰਗਿਓ। ਇਹਨਾਂ 'ਚੋਂ ਕਿਹਨੂੰ ਕਿਹਨੂੰ ਸੇਵਾ ਲਵਾਤੀ, ਬੁਲਾਇਓ ਕਿਹਨੂੰ ਕਿਹਨੂੰ ਲਵਾਈ ਭਾਅ ਜੀ, ਇਹਨਾਂ ਨੂੰ ਕਿੰਨੇ ਦਵਾਏ ਨੇ? ਇਹਨਾਂ ਨੂੰ 2,000 ਰੁਪਏ ਦੇ ਦਿਓ ਬਾਈ ਹੋਰ। ਇਹਨਾਂ ਨੂੰ 2,000 ਰੁਪਏ ਬਾਪੂ ਜੀ ਤੁਹਾਨੂੰ ਸਿਲੰਡਰ ਵਾਸਤੇ ਮਿਲਿਆ, ਰਾਸ਼ਨ ਵਾਸਤੇ, ਇਹ 2,000 ਰੁਪਏ ਮੁੰਡੇ ਆਏ ਨੇ ਅੱਜ, ਚਲੋ ਥੋੜ੍ਹੀ ਥੋੜ੍ਹੀ ਸੇਵਾ ਤੁਹਾਨੂੰ ਸਾਰਿਆਂ ਕੋਲ 2,000 ਦੇ ਦਿਓ ਨਾ। ਹਾਲੋ, ਠੀਕ ਹੈ, ਪੈਸਿਆਂ ਦੀ ਕੋਈ ਕਮੀ ਨਹੀਂ, ਪਰ ਅਸੀਂ ਜਿੰਨੀ ਮਰੀਜ਼ ਨੂੰ ਜਿੰਨੀ ਲੋੜ ਹੁੰਦੀ ਸੀ ਉੰਨੀ ਕੀ ਦਵਾਉਂਦੇ ਹਾਂ। ਉਸ ਤੋਂ ਬਾਅਦ ਫਿਰ ਇੱਥੇ ਲੋਕ ਆ ਜਾਂਦੇ ਨੇ ਮਦਦ ਕਰਨ, ਤਾਂ ਫਿਰ ਦਵਾ ਦਿੰਦੇ ਅਸੀਂ, 2,000 ਇਹਨਾਂ ਨੂੰ ਦੇ ਦਿਓ। ਹੈਂ, ਅੱਛਾ, ਨਹੀਂ ਹੋਰ ਚਾਹੀਦੇ ਆ? ਕੋਈ ਨਹੀਂ, ਆ 2,000 ਲਓ ਪਹਿਲਾਂ, ਹੋਰ ਦਵਾਉਂਦੇ, ਕੋਈ ਗੱਲ ਤੁਹਾਡੇ ਇਹਦੇ ਨਾਲ ਸਿਲੰਡਰ ਸਿਲੰਡਰ ਭਰਾ ਦਿੰਦੇ, ਫਿਰ ਹੋਰ ਦੇਖਦੇ ਹਾਂ ਕੀ ਕਰਨਾ ਤੁਹਾਡੇ ਨੇ। ਸਾਡੇ ਕੋਲ ਨਾ ਮਾਇਆ ਘੱਟ ਆਉਂਦੀ ਹੈ, ਲੈਣ ਵਾਲੇ ਬਹੁਤ ਜ਼ਿਆਦਾ ਨੇ, ਜਿਵੇਂ ਇਹ ਵੀ ਨੇ, ਮਾਤਾ ਜੀ ਨੇ, ਇਹ ਭਰਾ ਸਾਡਾ ਮਦਦ ਕਰਨ ਆਇਆ। ਰੱਬ ਰੱਬ ਹੀ ਹੈ, ਰੱਬ ਤੋਂ ਮੰਗਿਆ ਕਰੋ, ਰੱਬ ਤੋਂ ਮੰਗਿਆ ਕਰੋ। ਰੱਬ ਨੇ ਇਦਾਂ ਦੇ ਬੰਦੇ ਬਣਾਏ ਆ, ਜਦੋਂ ਤੁਸੀਂ ਰੱਬ ਤੋਂ ਮੰਗਦੇ ਆ ਨਾ, ਉਹ ਫਿਰ ਇਦਾਂ ਦੇ ਬੰਦੇ ਤੁਹਾਡੇ ਕੋਲ ਭੇਜਦਾ ਜਿਹੜੇ ਉਹਨੇ ਸਪੈਸ਼ਲ ਭੇਜੇ ਆ। ਇਦਾਂ ਦਾ ਬੰਦਾ ਦੁਨੀਆ ਤੇ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ, ਤੇ ਉਹਨੀ ਤੁਸੀਂ ਦੁਆ ਮੰਗਿਆ ਕਰੋ, ਸਰਬੱਤ ਦਾ ਭਲਾ ਮੰਗਿਆ ਕਰੋ, ਸਭ ਦਾ ਹੀ ਭਲਾ, ਸਭ ਦਾ ਭਲਾ ਹੋਵੇ। ਦੇਖੋ ਮੈਂ ਕੋਈ ਇੱਥੇ 1,000 ਸਾਲ ਤਾਂ ਜੀਣਾ ਨੀ, ਮੈਨੂੰ ਜਿੰਨੇ ਕੁ ਸਾਹ ਰੱਬ ਵੱਲੋਂ ਮਿਲੇ ਨੇ ਬਸ ਉਹੀ ਵਧੀਆ ਨਿਕਲ ਜਾਣਾ। ਬਸ ਆਹੀ ਮਾਮਾ ਦਾ ਪਿਆਰ ਚਾਹੀਦਾ, 2,000 ਵੀਰੇ ਨਾਲ ਦਿਓ। ਤੁਸੀਂ ਆਸ਼ੀਰਵਾਦ ਦਿਓ ਉਹਨਾਂ ਮੁੰਡਿਆਂ ਨੂੰ ਤੇ ਅੱਜ ਸਾਰੇ ਮਰੀਜ਼ਾਂ ਦੀ ਥੋੜ੍ਹੀ ਥੋੜ੍ਹੀ ਮਦਦ ਕਰਨਾ, ਕਿਉਂਕਿ ਹਰ ਬੰਦਾ ਇੱਥੇ ਅੱਜ ਉਮੀਦ ਲੈ ਕੇ ਬੈਠਾ ਹੈ ਨਾ, ਲੋਕਾਂ ਦਾ ਲੱਖਾਂ ਦਾ ਹਜ਼ਾਰਾਂ ਦਾ ਇਲਾਜ ਹੈ, ਇਹ ਆਏ ਨੇ ਸਭ ਦੀ ਮਦਦ ਕਰਨ, ਸਭ ਕਰਵਾਉਣਾ ਜੀ, ਸਭ ਕਰਵਾਉਣਾ, ਸਭ ਕਰਵਾਉਣਾ। ਤੁਸੀਂ ਦੇਖੋ ਜੀ ਇਹ ਨੌਜਵਾਨ ਪੰਜਾਬ ਦੀ ਪੀੜ੍ਹੀ, ਔਰ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ,
ਇਹ ਬਾਈ ਜੀ ਘੱਟੋ ਘੱਟ ਚੌਥੀ ਪੰਜਵੀਂ ਵਾਰੀ ਸਾਡੇ ਕੋਲ ਆਏ ਨੇ। ਬੜੇ ਲੋਕ ਨੇ, ਸੈਲੀਬ੍ਰਿਟੀ ਨੇ ਜਿਹੜੇ ਇੱਕ ਵਾਰੀ ਆਉਂਦੇ ਨੇ, ਦੂਜੀ ਵਾਰੀ ਨਹੀਂ ਟਾਈਮ ਲੱਗ ਪਾਉਂਦਾ। ਪਰ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਭਾਈ ਇਹ ਸੇਵਾ 365 ਦਿਨ ਚੱਲ ਰਹੀ ਹੈ, ਤੁਸੀਂ ਇੱਕ ਵਾਰੀ ਆ ਕੇ ਭੁੱਲ ਨਾ ਜਾਇਆ ਕਰੋ, ਦੂਜੀ ਵਾਰੀ ਯਾਦ ਰੱਖਿਆ ਕਰੋ, ਕਿਉਂਕਿ ਮਰੀਜ਼ ਤਾਂ ਇੱਥੇ ਰੋਜ਼ ਹੀ ਆਉਣੇ ਨੇ ਨਾ। ਹੁਣ ਇੱਕ ਮਰੀਜ਼ ਨੂੰ ਦਵਾਈ ਮੈਂ ਇੱਕ ਦਿਨ ਲੈ ਦੂੰਗਾ, ਦੂਜੇ ਦਿਨ ਕੀ ਕਹੂੰਗਾ, ਚੱਲ ਜਾ ਭਾਈ ਕੋਈ ਆਇਆ ਨਹੀਂ। ਅਗਲੇ ਮਹੀਨੇ, ਹਰ ਮਹੀਨਾ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਮਹੀਨੇ 'ਚ ਇੱਕ ਵਾਰੀ ਤਾਂ ਆਉਣਾ ਚਾਹੀਦਾ। ਇਹ ਜਿਵੇਂ ਬਾਈ ਹੋਣੀ ਆਏ ਨੇ, ਬਾਕੀ ਤੁਸੀਂ ਵੀ ਬਾਈ ਆਪਣੇ ਯੂਥ ਹੋਣ ਦੇ ਨਾਤੇ ਜਿਹੜੇ ਆਪਣੇ ਦੋ ਕੁ ਵਿਚਾਰ ਆਪਣੀ ਆਡੀਅੰਸ ਨਾਲ ਸ਼ੇਅਰ ਕਰੋ ਜੀ। ਭਾਜੀ ਦੇਖੋ, ਆਹ ਚੇਰਾਂ ਤਾਂ ਰੋਜ਼ ਭਰਨੀਆਂ ਆ, ਉਹ ਚੇਰਾਂ ਕਿੰਨੇ ਭਰਨੀਆਂ ਜੀ। ਇਹ ਇਹ ਵੀਰ ਵੀਡੀਓ ਪਾਉਂਦਾ ਆ, ਬੇਸ਼ੱਕ ਦੀ ਪਾਉਂਦਾ ਆ, ਪਰ ਜ਼ਿੰਮੇਵਾਰੀ ਆਪਾਂ ਦੇਖ ਕੇ ਸਾਈਡ ਕਰ ਦਈਏ ਕਿ ਸਾਨੂੰ ਕੀ ਲੋੜ ਆ। ਤੁਹਾਨੂੰ ਲੋੜ ਉੱਥੇ ਪੈ ਸਕਦੀ ਆ, ਕਿਸੇ ਨਾ ਕਿਸੇ ਦਿਨ ਪਰਮਾਤਮਾ ਗੇਮ ਘੁਮਾ ਸਕਦਾ, ਉਹ ਪਰਮਾਤਮਾ ਘੁਮਾਉਣ ਵਾਲਾ। ਜੇ ਪਰਮਾਤਮਾ ਨੇ ਇੱਦਾਂ ਦਾ ਜੀ ਭੇਜਿਆ ਨਾ ਦੁਨੀਆ 'ਤੇ, ਤਾਂ ਉਹਨੂੰ ਸਾਥ ਦੀ ਲੋੜ ਆ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਉਹਨੇ ਕੁਛ ਨਹੀਂ ਘਰ ਲੈ ਜਾਣਾ, ਕੁਛ ਨਹੀਂ ਕਿਸੇ ਲਈ ਲੈ ਜਾਣਾ। ਇੱਥੇ ਤੁਸੀਂ ਪੈਸੇ ਦੁਨੀਆ ਘੁਮਾਉਣ ਲਈ ਆ, ਪੈਸੇ ਛਾਤੀ 'ਤੇ ਰੱਖ ਕੇ ਲਿਜਾਣ ਲਈ ਨਹੀਂ ਆ। ਜੇ ਤੁਸੀਂ ਕਿਸੇ ਦਾ ਆ ਕੁਛ ਨਹੀਂ ਹੈ, ਇਹ ਜੇ ਕਿਸੇ ਲਈ ਕੁਛ ਬਣ ਗਿਆ ਨਾ ਤਾਂ ਬਣਾ ਦਿਓ। ਜੇ ਤੁਸੀਂ, ਤੁਹਾਨੂੰ ਪਰਮਾਤਮਾ ਨੇ ਇੰਸਟਾਗ੍ਰਾਮ ਤੋਂ ਕਿਸੇ ਵੀ ਚੀਜ਼ ਤੋਂ ਪਰਮਾਤਮਾ ਨੇ ਤੁਹਾਡੇ ਬਾਰੇ ਨਿਆਰੇ ਕਰਤੇ ਆ, ਤਾਂ ਤੁਸੀਂ ਕਿਸੇ ਦੇ 2 ਸਾਹ ਐਕਸਟਰਾ ਦੇ ਸਕਦੇ ਹਾਂ ਤੁਸੀਂ। ਸੋ ਪਰਮਾਤਮਾ, ਮੈਂ ਤਾਂ ਕਹਿੰਦਾ ਹਾਂ ਕਿ ਇੱਦਾਂ ਦੇ ਵੀਰ, ਚਲੋ ਨਾਲ ਖੜੇ ਹਾਂ ਅਸੀਂ ਇਹਨਾਂ ਦੇ ਨਾਲ, ਮੋਢੇ ਨਾਲ ਮੋਢਾ ਲਾ ਕੇ ਜਦੋਂ ਆਵਾਜ਼, ਚਲੋ ਇਹ ਨਹੀਂ ਅਸੀਂ ਤਾਂ ਪਹੁੰਚਦੇ ਹਾਂ, ਬਾਕੀ ਜਦੋਂ ਵੀ ਆਵਾਜ਼ ਮਾਰੂਗੇ ਅਸੀਂ ਖੜੇ ਹਾਂ। ਤੁਹਾਡਾ ਫਰਜ਼ ਜ਼ਰੂਰ ਬਣਦਾ ਆ, ਜਿੰਨੇ ਵੀ ਮੈਂ ਕਹਿੰਦਾ ਸਾਰੇ ਇੰਸਟਾਗ੍ਰਾਮ ਵਾਲੇ, ਸਨੈਪਚੈਟ, ਮੈਂ ਕਹਿੰਦਾ ਲਿਮਿਟ ਨਹੀਂ ਰਹਿ ਗਈ ਕੋਈ, ਇੰਨੇ ਬੰਦੇ ਆ ਜਿਹੜੇ ਰੋਜ਼ ਦੇ ਘੱਟੋ ਘੱਟ ਵੀ ਲੱਖ ਲੱਖ ਨੂੰ ਵੀ ਟੱਚ ਕਰਦੇ ਆ। ਅਤੇ ਤੁਹਾਡਾ ਇੱਥੇ ਮੈਂ ਕਹਿੰਦਾ 500 ਦਿੱਤਾ ਵੀ ਕਿਸੇ ਦੀ ਜ਼ਿੰਦਗੀ ਦਾ ਟੈਸਟ ਕਰਾ ਸਕਦਾ, ਜਾਂ ਕੋਈ ਬੈਗ ਲੈ ਕੇ ਦੇ ਸਕਦਾ, ਕੁਛ ਵੀ ਕਰ ਸਕਦਾ, ਇੱਥੇ ਕੋਈ ਲਿਮਿਟ ਨਹੀਂ ਆ। ਤੁਸੀਂ 1 ਰੁਪਈਆ ਲੈ ਕੇ ਵੀ ਆ ਸਕਦੇ, ਇਹ ਨਹੀਂ ਕਿ ਤੁਹਾਡਾ 500 ਰੁਪਈਆ ਤੁਸੀਂ ਲੈ ਕੇ ਆਓਗੇ ਤੁਹਾਡਾ ਸਟੈਂਡਰਡ ਡਾਊਨ ਹੋ ਜੂਗਾ, ਨਹੀਂ। ਉਹ ਉੱਤੋਂ ਪੁੱਛ ਕੇ ਦੇਖੋ, ਜਿਹੜੇ ਵਿਚਾਰੇ ਲੈਣ ਆਏ ਆ ਉਹਨਾਂ ਪੁੱਛ ਕੇ ਦੇਖੋ ਵੀ ਉਹ 500 ਰੁਪਈਆ ਕਿਹੜੀ ਚੀਜ਼ ਆ, ਠੀਕ ਆ। ਸੋ ਪਰਮਾਤਮਾ ਅੱਗੇ ਤੁਹਾਨੂੰ ਮੈਂ ਇਹੀ ਕਹਿਣਾ, ਜੇ ਪਰਮਾਤਮਾ ਨੇ ਤੁਹਾਨੂੰ ਦਿੱਤੇ ਆ, ਇਹ ਗਿਣਤੀ ਤੁਹਾਡੇ ਮੁਕਾਬਲੇ ਘੱਟ ਆ, ਤੁਸੀਂ ਬਹੁਤ ਜ਼ਿਆਦਾ ਬੰਦੇ ਹੋ ਦੇਖਣ ਵਾਲੇ, ਠੀਕ ਆ, ਪਰ ਉਹਦੇ ਹਿਸਾਬ ਨਾਲ ਗਿਣਤੀ ਘੱਟ ਆ, ਅਤੇ ਗਿਣਤੀ ਨੂੰ ਪੂਰਾ ਕਰੋ ਅੱਗੇ। ਤੁਹਾਡੇ ਅੱਗੇ ਇਹੀ ਅਰਦਾਸ ਆ, ਠੀਕ ਆ, ਪਰਮਾਤਮਾ ਅੱਗੇ ਅਰਦਾਸ ਆ ਕਿ ਤੁਹਾਨੂੰ ਥੋੜ੍ਹੀ ਸਮੱਤ ਬਖਸ਼ੇ, ਅਤੇ ਕਿਰਪਾ ਕਰਕੇ ਵੀਡੀਓ ਨੂੰ ਐਂਡ ਨਾ ਕਰਿਆ ਕਰੋ, ਰੋਜ਼ ਦੇਖਿਆ ਕਰੋ ਕਿ ਕਿੱਦਾਂ ਕਿੱਦਾਂ ਦੇ ਕੇਸ ਹੈਗੇ ਆ। ਜੇ ਤੁਸੀਂ ਇੱਥੇ ਆ ਨਹੀਂ ਸਕਦੇ, ਘੱਟੋ ਘੱਟ ਦੇਖਿਆ ਜ਼ਰੂਰ ਕਰੋ, ਤੁਹਾਡੀ ਰੂਹ ਕੰਬਾਊਗੀ ਕਿ ਹਾਂ ਵੀ ਲੋਕਾਂ ਨੂੰ ਬਿਮਾਰੀਆਂ ਵੀ ਕਿਹੋ ਜਿਹੀਆਂ ਲੱਗਦੀਆਂ, ਅਤੇ ਤੁਸੀਂ ਸ਼ੁਕਰਾਨਾ ਕਰੋਗੇ ਪਰਮਾਤਮਾ ਦਾ ਕਿ ਘੱਟੋ ਘੱਟ ਤੁਹਾਨੂੰ ਰੱਬ ਨੇ ਤੰਦਰੁਸਤੀ ਤਾਂ ਬਖਸ਼ੀ ਆ। ਜੇ ਸਭ ਤੋਂ ਵੱਡੀ ਦੌਲਤ ਹੀ ਤੰਦਰੁਸਤੀ ਆ, ਆਹ ਦੌਲਤ ਆ ਗਈ ਚੱਲ ਗਈ, ਇਹ ਟੈਂਪਰੇਰੀ ਆ। ਜਿਹੜੀ ਤੰਦਰੁਸਤੀ ਪਰਮਾਤਮਾ ਨੇ ਦਿੱਤੀ ਉਹ ਬਹੁਤ ਵੱਡੀ ਹੁੰਦੀ ਆ, ਉਹਨੂੰ ਕਾਬਲ ਰੱਖੋ। ਅਤੇ ਬਾਕੀ ਮਾੜੀਆਂ ਚੀਜ਼ਾਂ ਤੋਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਦੂਰ ਰੱਖੇ, ਕੋਈ ਨਸ਼ਾ ਵੈਲ ਇਹਨਾਂ ਚੀਜ਼ਾਂ ਦੇ ਲਾਗੇ ਨਹੀਂ ਲੱਗਣਾ। ਸੋ ਬਾਕੀ ਆ ਵੀਰ ਦਾ ਸਾਥ ਦਿਓ, ਜਿੰਨਾ ਦੇ ਸਕਦੇ ਹਾਂ ਵੀਰ ਦਾ ਸਾਥ ਦਿਓ। ਖੁਸ਼ੀ ਹੈ ਜੀ, ਦੇਖੋ ਭਰਾ ਜਿਹੜੇ ਹੈਗੇ ਨੇ ਨਾ, ਇਹ ਦੇਖੋ ਸਮਾਜ ਸਾਡਾ ਸਭ ਦਾ ਸਾਂਝਾ, ਨਾ ਇਹ ਮੇਰੇ ਰਿਸ਼ਤੇਦਾਰ ਨੇ, ਨਾ ਇਹਦੇ ਰਿਸ਼ਤੇਦਾਰ ਨੇ, ਨਾ ਕਿਸੇ ਦੇ ਰਿਸ਼ਤੇਦਾਰ ਨੇ, ਇੱਕ ਸਮਾਜ ਦਾ, ਇੱਕ ਪਰਮਾਤਮਾ ਦੀ ਕਹਿ ਲਓ ਕਿ ਸਾਡੇ 'ਤੇ ਜੇ ਕਿਰਪਾ ਹੈ ਨਾ, ਅਸੀਂ ਆਪਣੀ એનર્ਜੀ ਲਾ ਰਹੇ ਹਾਂ, 365 ਦਿਨ ਇੱਥੇ ਆਉਣਾ ਪਿਛਲੇ 8 ਸਾਲਾਂ ਤੋਂ, ਮੈਂ ਤਾਂ ਕਹਿੰਦਾ ਮੇਰੇ ਨਾਲ ਬਰਾਬਰ ਕੁਰਸੀ ਡਾ ਕੇ ਬੈਠੋ। ਵਾਕਿਆ ਸਹੀ ਗੱਲ ਆ, ਵਾਕਿਆ ਸਹੀ ਗੱਲ ਆ। ਅਤੇ ਦੋ ਦਿਨ ਲਗਾਤਾਰ ਤੁਸੀਂ ਆ ਕੇ ਇੱਥੇ ਬਹਿ ਕੇ ਸੁਣ ਕੇ, ਤੀਜਾ ਦਿਨ ਤੁਸੀਂ ਕਹੋਗੇ ਯਾਰ ਆਹ ਕੰਮ ਕਿਹੜਾ ਕੰਮ, ਬੰਦਾ ਭਾਈ ਅੱਜ ਦੀ ਡੇਟ 'ਚ ਬੱਚ ਇਹ ਸੋਚਦਾ ਕਿ ਮੇਰੀ ਜੇਬ ਵਿੱਚ ਕੀ ਪੈਂਦਾ ਆ। ਬਿਲਕੁਲ ਓਬਵੀਅਸਲੀ, ਮੈਨੂੰ ਕੀ ਫਾਇਦਾ ਮਿਲ ਰਿਹਾ, ਮੈਨੂੰ ਕੀ ਫਾਇਦਾ ਆ। ਉਂਗਲ ਚੱਕਣ ਵਾਲੇ ਬਹੁਤ ਆ, ਉਂਗਲ ਥੱਲੇ ਦਬਾਉਣ ਵਾਲਾ ਕੋਈ ਨਹੀਂ ਆ। ਤੁਸੀਂ ਆਓ ਯਾਰ, ਬਹੁਤ ਤੁਹਾਡੀ ਲੋੜ ਆ, ਬਹੁਤ ਲੋੜ ਆ। ਇੱਥੇ ਕਿਸੇ ਕੋਲ ਕੋਈ ਉਹ ਨਹੀਂ ਆ ਪਟਾਰਾ ਜਿਹੜਾ ਇੱਥੇ ਆ ਕੇ ਰੋਜ਼ ਕੋਈ ਖੋਲ ਦਿੰਦਾ। ਸਹੀ ਗੱਲ ਹੈ ਨਾ, ਕਿ ਚਲੋ ਜੀ ਆਹ ਸੇਵਾ ਹੋ ਗਈ, ਇਹ ਸਿਰਫ ਤੁਹਾਡੀ ਬਦੌਲਤ ਆ। ਇਹ ਭੁੱਲਣਾ ਜਾਇਆ ਕਰੋ ਕਿ ਜੇ ਇੱਕ ਵਾਰੀ ਸੇਵਾ ਕਰਤੀ, ਜੇ ਅਗਲੇ ਮਹੀਨੇ ਤੁਹਾਨੂੰ ਪਰਮਾਤਮਾ ਨੇ ਥੋੜ੍ਹਾ ਕੁ ਐਕਸਟਰਾ ਦਿੱਤਾ ਹੈ, ਤਾਂ ਥੋੜ੍ਹਾ ਐਕਸਟਰਾ ਇੱਧਰ ਵੀ ਕਰ ਲਿਆ ਕਰੋ। ਬਿਲਕੁਲ ਵੱਡੀਆਂ ਗੱਲਾਂ ਨੇ, ਮੈਂ ਰਿਕੁਐਸਟ ਕਰਨਾ ਚਾਹੁੰਦਾ ਭਾਈ ਯੂਥ ਨੂੰ, ਜਿਵੇਂ ਵਲੋਗਰ ਨੇ, ਇੰਨੇ ਆਰਟਿਸਟ ਨੇ, ਬਾਈ ਦੀ ਗੱਲ ਸਹੀ ਹੈ, ਸਨੈਪਚੈਟ ਵਾਲੇ ਨੇ, ਆਪਾਂ ਸਾਰਾ ਦਿਨ ਇੰਨੀ ਹਾਹਾ ਹੀ ਕਰਦੇ ਹਾਂ ਯਾਰ, ਇੱਥੇ ਵੀ ਆ ਕੇ ਹਾਹਾ ਹੀ ਕਰ ਲਓ ਥੋੜ੍ਹੀ ਬਹੁਤੀ। ਮੇਰੇ ਵਾਸਤੇ ਨਾ ਆਓ, ਮੈਨੂੰ ਨਾ ਬੁਲਾਓ, ਆ ਕੇ ਮਰੀਜ਼ਾਂ ਨਾਲ ਕੋਆਰਡੀਨੇਟ ਕਰੋ, ਸਿੱਧਾ ਮਰੀਜ਼ ਨੂੰ ਵੀ ਪੁੱਛ ਲਓ ਕਿ ਭਾਈ ਕੀ ਮਦਦ ਚਾਹੀਦੀ ਸੀ, ਤੇਰੀ ਸਿੱਧੀ ਮਦਦ ਕਰ ਦਾਂਗੇ। ਲੋੜ ਹੀ ਨਹੀਂ ਸਾਡੇ ਨਾਲ ਆ ਕੇ ਬੈਠਣ, ਅਸੀਂ ਆਪਸ 'ਚ ਕਿਹੜਾ ਕੋਈ, ਤੁਸੀਂ ਮੈਨੂੰ ਪਸੰਦ ਕਰਨਾ ਹੀ ਕਰਨਾ ਅਤੇ ਮੈਂ ਤੁਹਾਨੂੰ ਪਸੰਦ ਕਰਨਾ ਹੀ ਕਰਨਾ, ਨਾ। ਅਸੀਂ ਇੱਕ ਇਨਸਾਨੀਅਤ ਦੇ ਨਾਤੇ ਇੱਥੇ ਬੈਠੇ ਹਾਂ, ਅਤੇ ਮੈਂ ਅਪੀਲ ਕਰਦਾ ਯੂਥ ਨੂੰ, ਪੰਜਾਬ ਦੀ, ਕਿ ਜ਼ਰੂਰ ਅੱਗੇ ਆਓ, ਜਿਵੇਂ ਬਾਈ ਜੀ ਆਉਂਦੇ ਨੇ ਆਪਣਾ ਫਰਜ਼ ਸਮਝ ਕੇ ਹਰ ਮਹੀਨੇ 2 ਮਹੀਨਿਆਂ ਬਾਅਦ, ਤੁਸੀਂ ਵੀ ਆਓ, ਆ ਕੇ ਬੈਠੋ, ਦੇਖੋ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਜੇ ਤੁਹਾਡੇ ਆਲੇ ਦੁਆਲੇ ਕੋਈ ਮਰੀਜ਼ ਵੀ ਹੈਗਾ, ਕੋਈ ਲੋੜਵੰਦ ਜਿਹਨੂੰ ਹੈਲਪ ਚਾਹੀਦੀ ਹੈ, ਤਾਂ ਸਾਡੇ ਤੱਕ ਜ਼ਰੂਰ ਪਹੁੰਚਾਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।